Please subscribe our channel for latest updates. पटियाला दे बाबू सिंह कलोनी विच रहण वाली ज्योति शर्मा नाम दी लड़की दी लाश खनौरी भाखड़ा नहर विचों मिली है। मिली जानकारी मुताबिक बीते कई दिनों तो यह लड़की लापता सी ते घरदियां वल्लों पुलिस कंप्लेंट भी करवाई गई सी। लड़की दे परिवार वालियां दा कहना है कि ज्योति गुरी नाम दे लड़के नाल पिछले 4-5 सालां तो रहिंदी सी, जो कि पहलां तो ही व्याह होया सी ते उसनू व्याह दा चांसा दिंदा रहिंदा सी। लड़की दे परिवार वालियां ने दोष लगाया कि इन्हां ने मिलके ही लड़की नू मारिया ते भाखड़ा नहर विच सुट दिता है। उत्थे ही पुलिस वल्लों लाश नू पटियाला दे रजिंद्रा हस्पताल विच पोस्टमार्टम लई भेज दिता गया ते पुलिस वल्लों बनदी कारवाई कीती जा रही है। इहनू गुरी नां दे बंदे ने 5 बंदियां ने धक्का दिता, उहदे विच भाखड़ा दे विच उहनां ने धक्का दे के उहनां ने ही फोन कीता कि तुहाडी लड़की नू असीं मारता। उहनां ने ही मारिया मेरी लड़की नू। ਜਿਨ੍ਹਾਂ ਉਹ ਕਾਰਨ ਜੀ ਉਹਨਾਂ ਨੇ ਖੇਲ ਬਣਾ ਕੇ ਰੱਖੀ ਹੋਈ ਸੀ ਮੇਰੀ ਲੜਕੀ। ਉਹਨੂੰ ਕਹਿੰਦੇ ਸੀ ਵਿਆਹ ਦਾ ਝੱਸਾ ਦਿੰਦੇ ਸੀ, ਅਸੀਂ ਵਿਆਹ ਕਰਾਵਾਂਗੇ, ਪਰ ਉਹਨਾਂ ਨੇ ਵਿਆਹ ਨਹੀਂ ਕੀਤਾ। ਉਹਦੀ ਭੂਆ ਝੱਸਾ ਹਮੇਸ਼ਾ ਹੀ ਦਿੰਦੀ ਸੀ ਵਿਆਹ ਕਰਾਵਾਂਗੇ, ਪਰ ਨਹੀਂ ਦਿੱਤਾ। ਉਹਨਾਂ ਨੇ ਵਿਆਹ ਨਹੀਂ ਕਰਾਇਆ, ਉਹਨੂੰ ਆਖਰ 'ਚ ਕੁੜੀ ਨੂੰ ਮਾਰੇ ਦਿੱਤਾ ਭਾਖੜਾ ਦੇ ਲਿਆ ਕੇ। ਉਹਨਾਂ ਦੇ ਨਾਲ ਰਹਿ ਰਹੇ ਸੀ 5-6 ਸਾਲ ਤੋਂ। ਹਾਂਜੀ, ਅਬਲੋਵਾਲ ਦੇ ਵਿੱਚ ਕਮਰਾ ਲਿੱਤਾ ਹੋਇਆ, ਉੱਥੇ ਸਾਰਾ ਸਮਾਨ ਪਿਆ। ਮੁੰਡੇ ਨਾਲ ਮੈਨੂੰ ਫੋਨ ਕੀਤਾ ਸੀ, ਕਹਿੰਦੀ ਮੰਮੀ ਮੈਂ ਵਿਆਹ ਕਰਾਉਣਾ ਮੁੰਡੇ ਨਾਲ। ਮੁੰਡੇ ਨੇ ਗੱਲ ਕੀਤੀ ਵਾ, ਮੁੰਡੇ ਦਾ ਮਾਮਾ ਬੇਟੇ ਬੇਟੇ ਤੇਰਾ ਵਿਆਹ ਕਰਾ ਦੂੰਗੀ। ਮੈਨੇ ਫੋਨ 'ਤੇ ਗੱਲ ਕੀਤੀ, ਮੁੰਡਾ ਕਹਿੰਦਾ ਕਿ ਮੈਂ ਵਿਆਹਿਆ ਹੋਇਆ, ਵੀ ਵਿਆਹ ਆ ਕਿਉਂ ਕੀਤਾ ਮੇਰੇ ਬੱਚੇ ਨੇ, ਮੈਂ ਇਹਦੇ ਨਾਲ ਵਿਆਹ ਨਹੀਂ ਕਰਾਊਂਗਾ। ਫਿਰ ਮੈਂ ਉਦੋਂ ਬਾਅਦ ਗੁੜੀਆਂ ਨੂੰ ਬਥੇਰਾ ਸਮਝਾਇਆ, ਕਹਿੰਦੀ ਮੰਮੀ ਨਾ ਮੇਰਾ ਵਿਆਹ ਕਰਾਏ। ਉਹਦੀ ਭੂਆ ਨਾਂ ਦੀ ਜਿਹੜੀ ਸ਼ਖਸ, ਉਹ ਕਹਿੰਦੀ ਸੀ ਮੈਂ ਤੇਰਾ ਵਿਆਹ ਕਰਾਊਂਗੀ, ਵੀ ਜਿੱਦਾਂ ਮਰਜ਼ੀ ਕਰਾਵਾਂ। ਕੀਤੀ ਆ ਸਰ ਮੈਂ ਨਾਭੇ ਦੇ ਵਿੱਚ, ਅਸੀਂ ਮਤਲਬ ਸਾਰੇ ਅਸੀਂ ਉਰੇ ਵੀ ਰਹਿੰਦੇ ਹਾਂ ਸਰ, ਨਾਭੇ ਵੀ ਰਹਿੰਦੇ ਹਾਂ। ਨਾਭੇ ਕੀਤੀ ਹੋਈ ਹੈ, SSB ਦਾ ਦਰਖਾਸਤ SSB ਨੇ ਸਭ ਮੇਰੇ ਕੋਲੋਂ ਪਈ ਆ। ਉਹਦੇ ਉੱਤੇ SSB ਨੇ ਕਿਹਾ ਸੀ ਅੱਜ ਤੋਂ ਬਾਅਦ ਮੈਂ ਇਹ ਕੁੜੀ ਨਾਲ ਫੋਨ ਕਰਾਂਗਾ, ਨਾ ਮੈਂ ਇਹਨੂੰ ਮਿਲਾਂਗਾ ਕਿ ਮਤਲਬ ਬਿਲਕੁਲ ਵੀ। ਫਿਰ ਉਦੋਂ ਬਾਅਦ ਉਹ ਬੰਦਾ ਨਹੀਂ ਹਟਿਆ, ਉਹ ਕਹਿੰਦਾ ਮੈਂ ਨਹੀਂ ਹਟਾਂਗਾ। ਮੈਨੂੰ ਵੀ ਇੱਕ ਡਰਾਬੇ ਦਿੰਦਾ ਸੀ, ਕਹਿੰਦਾ ਤੂੰ ਜੋ ਮਰਜ਼ੀ ਕਰ ਲਈ, ਮੈਂ ਤੇਰੀ ਕੁੜੀ ਨੂੰ ਨਹੀਂ ਛੱਡਾਂਗਾ, ਉਹ ਨਹੀਂ ਕਰਦਾ ਹੈਗਾ। ਉੱਥੇ ਵੀ ਫੈਸਲੇ ਹੋਏ ਹੋਏ ਆ ਜੀ, ਕਤਵਾਲੀ 'ਚ ਵੀ ਫੈਸਲਾ ਹੋਇਆ ਹੋਇਆ, ਆਪਣੇ ਉਰੇ ਵੀ ਰਿਪੋਰਟ ਲਿਖਾਈ ਸੀ ਇੱਕ ਵਾਰੀ, ਮੇਰੇ ਬੇਟਿਆਂ ਨੂੰ ਹੀ ਲੈ ਗਿਆ ਸੀ, ਉਸ ਟਾਈਮ ਵੀ ਮੈਨੇ ਰਿਪੋਰਟ ਲਿਖਾਈ ਸੀ। ਇੱਕ ਜੋਤੀ ਨਾਂ ਦੀ ਲੜਕੀ ਸੀਗੀ ਜੋ ਬਾਬੂ ਸਿੰਘ ਕਲੋਨੀ ਦੀ ਰਹਿਣ ਵਾਲੀ ਸੀਗੀ, ਅਤੇ 20 ਤਰੀਕ ਨੂੰ ਤਕਰੀਬਨ 6 ਵਜੇ ਪਬਲਿਕ ਸ਼ੋਰ ਮਚਾ ਰਹੀ ਸੀਗੀ ਵੀ ਇੱਕ ਲੜਕੀ ਨੂੰ ਕੁਛ ਬੰਦੇ ਜਿਹੜੇ ਨਹਿਰ 'ਚ ਗਿਰ ਰਹੇ ਨੇ, ਅਤੇ ਉਹਦੇ ਕਰਕੇ ਜੋ ਗੋਤਾਖੋਰ ਦੀ ਟੀਮ ਹੈ ਉੱਥੇ ਨਾਲ ਦੀ ਨਾਲ ਹੀ ਪਹੁੰਚੀ, ਪਰ ਉਹ ਕੁੜੀ ਡੁੱਬ ਚੁੱਕੀ ਸੀ ਭਾਖੜਾ ਨਹਿਰ ਦੇ ਵਿੱਚ, ਅਤੇ ਉਹਦੇ ਜਿਹੜੇ ਪਰੂਫ ਜੋ ਸੀਗੇ ਕਿ ਉਹਦੇ ਬੂਟ ਜਿਹੜੇ ਸੀਗੇ ਉਹ ਭਾਖੜਾ ਨਹਿਰ 'ਚ ਰੁੜੇ ਸੀਗੇ, ਅਤੇ ਉਹਦੇ ਜਿਹੜੇ ਪੇਰੈਂਟਸ ਸੀਗੇ ਉਹ ਸਾਡੇ ਗੋਤਾਖੋਰ ਨਾਲ ਸੰਪਰਕ ਕਰਿਆ, ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਕੰਪਲੇਂਟ ਸਿਵਲ ਲਾਈਨ ਥਾਣੇ ਜੋ ਵੀ ਉਹਨਾਂ ਨੂੰ ਤਲਾਕ ਕਰਿਆ। ਇਹ ਡੈੱਡ ਬੋਡੀ ਖਨੌਰੀ ਸੈਫਨ ਹੈ, ਸੈਫਨ ਦੇ ਨੀਚੇ ਮਿਲੀ ਹੈ ਡੈੱਡ ਬੋਡੀ, ਹਾਲਤ ਇਹਦੀ ਬਹੁਤ ਖਰਾਬ ਸੀਗੀ, ਜਿਵੇਂ ਕਿ ਕੋਈ ਮਾਰ ਕਟਾਈ ਜਾਂ ਕੋਈ ਇੱਦਾਂ ਦੀ ਇੰਜਰੀ ਆਈ ਹੋਈ ਹੈ, ਉਸ ਬੋਡੀ ਦੇ ਕਾਫੀ ਨਿਸ਼ਾਨ ਨੇ। ਇਹ ਮੈਟ੍ਰਿਕ ਵਿਜੇ ਕੁਮਾਰ ਹੈ, ਇਹਦੀ ਬੇਟੀ ਆ ਕੋਈ ਉਮਰ 21 ਸਾਲ, 20 ਤਰੀਕ ਤੋਂ ਇਹ ਲਾਪਤਾ ਸੀਗਾ ਘਰ ਦੇ ਵਿੱਚੋਂ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੋਈ ਗੁੰਮਸ਼ੁਦਗੀ ਬਾਰੇ ਰਿਪੋਰਟ ਲਿਖਾਈ ਆ, ਉਹ ਅੱਜ ਇਹਨਾਂ ਨੂੰ ਪਤਾ ਲੱਗਾ ਕਿ ਖਨੌਰੀ ਤੋਂ ਅੱਗੇ ਜਾ ਕੇ ਹਰਿਆਣੇ ਦੇ ਵਿੱਚੋਂ ਉਹ ਇਹਨਾਂ ਨੂੰ ਕਿਤੇ ਫੋਨ ਆਇਆ ਕੋਈ ਕਿਸ ਤਰ੍ਹਾਂ ਵੀ ਆ, ਉਹਦੇ ਸੰਬੰਧੀ ਅੱਜ ਟਰੇਸ ਹੋਈ ਹੈ, ਅਤੇ ਉਹ ਹੁਣ ਲਿਆ ਕੇ ਇਹਨਾਂ ਨੇ ਅਸੀਂ ਇੱਥੇ ਆ ਕੇ ਇੱਥੇ ਡੈੱਡ ਹਾਊਸ 'ਚ ਰਖਾਤੀ ਆ, ਸੁਬਹਾ ਇਹਦਾ ਪੋਸਟਮਾਰਟਮ ਕਰਾਵਾਂਗੇ, ਜੋ ਵੀ ਕਾਰਵਾਈ ਹੋਊਗੀ ਅਮਲ 'ਚ ਲਿਆਂਦੀ ਜਾਵੇ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।